ਨਿੰਦਰ ਰੌਂਤਾ ਵਾਲੇ ਜੀ ਅੱਗੇ ਗਏ ਜੀ ਫਾਇਲ ਕਿਆ ਮਸ਼ੀਨ ਦੀ ਰਿਪੇਅਰ ਕਰਨ ਗਏ ਆ ਅਤੇ ਫਾਇਲ ਕਿਆ ਤੋਂ ਪਿੱਛੇ ਆਪਣਾ ਹੈਗਾ ਜੀ 70 ਕਿਲੋਮੀਟਰ ਪਿੱਛੇ ਪਿੰਡ ਆ ਜੀ ਗੁਰੂ ਸਾਹਿਬ ਦੇ ਨਾਲ ਗੋਬਿੰਦਗੜ੍ਹ ਅਤੇ ਨਿੰਦਰ ਬਾਈ ਉੱਥੇ ਗਿਆ ਉਹਨੇ ਮੈਨੂੰ ਫੋਨ ਕਰਕੇ ਪੁੱਛਿਆ ਵੀ ਦੇ ਬਿੱਟੂ ਤੇਰਾ ਪਿੰਡ ਕਿੱਥੇ ਆ ਮੈਂ ਕਿਹਾ ਮੇਰਾ ਪਿੰਡ 70 ਕਿਲੋਮੀਟਰ ਮੈਂ ਕਿਹਾ ਤੂੰ ਕਿੱਥੇ ਆ ਕਹਿੰਦਾ ਮੈਂ ਫਾਇਲ ਕੇ ਅਤੇ ਮੈਂ ਉਹਨੂੰ ਆਖਿਆ ਮੇਰਾ 70 ਕਿਲੋਮੀਟਰ ਪਿੰਡ ਪਿੱਛੇ ਆ ਮੈਨੂੰ ਕਹਿੰਦਾ ਕਿਤੇ ਇਸ ਤੋਂ ਵੀ ਅੱਗੇ ਹੋਣਾ ਸ਼ਾਇਦ ਉਹਦੇ ਇਸ ਤੋਂ ਵੀ ਅੱਗੇ 70 ਕਿਲੋਮੀਟਰ ਹੋਰ ਅੱਗੇ ਪਿੰਡ ਆ ਮੈਂ ਨਹੀਂ ਅੱਗੇ ਨਹੀਂ ਪਿੱਛੇ ਆ ਅਤੇ ਕੱਲ੍ਹ ਬਾਈ ਆਏ ਸੀ ਮਿੰਦਰ ਹੋਰੀ ਵਾਪਸੀ ਜਾਣ ਲੱਗੇ ਸੀ ਪਿੰਡ ਨੂੰ ਜਾ ਰਹੇ ਸੀ ਅਤੇ ਮੈਨੂੰ ਉਹਨਾਂ ਨੇ ਫੋਨ ਕੀਤਾ ਵੀ ਗੋਲੂ ਕੇ ਮੋੜ 'ਤੇ ਜਲਾਲਾਬਾਦ ਫੋਨ ਕੀਤਾ ਵੀ ਅਸੀਂ ਆ ਰਹੇ ਹਾਂ ਵੀ ਇੱਧਰ ਨੂੰ ਤੇਰਾ ਕਿੰਨੀ ਕੁ ਦੂਰ ਪਿੰਡ ਆ ਅਤੇ ਮੈਂ ਕਿੱਥੇ ਹੋ ਤੁਸੀਂ ਕਹਿੰਦੇ ਅਸੀਂ ਜਲਾਲਾਬਾਦ ਏ ਜਲਾਲਾਬਾਦ ਤੋਂ ਮੈਂ ਗਿਆ ਸੀ ਬਾਜ਼ਾਰ 'ਚ ਕੋਈ ਕੰਮ ਗਿਆ ਸੀ ਕੋਈ ਅਤੇ ਨਿੰਦਰ ਬਾਈ ਨੂੰ ਮੈਂ ਉਹਨੂੰ ਕਿਹਾ ਤੂੰ ਮੈਂ ਗੋਲੂ ਕੇ ਮੋੜ ਆ ਕੇ ਰੁਕ ਜੀ ਮੈਨੂੰ ਫੋਨ ਕਰ ਦੇ ਅਤੇ ਉਹ ਜਦੋਂ ਗੋਲੂ ਕੇ ਮੋੜ ਆ ਕੇ ਉਹਨਾਂ ਨੇ ਮੈਨੂੰ ਫੋਨ ਕੀਤਾ ਅਤੇ ਇੱਥੋਂ ਚਲੇ ਗਏ ਅਤੇ ਉੱਥੇ ਗੱਲਾਂ ਬਾਤਾਂ ਕਰਦੇ ਰਹੇ ਅਤੇ ਮਸ਼ੀਨ ਬਾਰੇ ਪੁੱਛਿਆ ਕੀ ਫਲਟ ਸੀ ਦੱਸਿਆ ਉਹਨਾਂ ਨੇ ਵੀ ਇਹਦੇ ਵਿੱਚ ਆ ਫਲਟ ਗਏ ਸੀ ਕਿਸੇ ਤਰ੍ਹਾਂ ਦੇ ਅਤੇ ਉਹ ਕੱਢੇ ਆਪਾਂ ਹੁਣ ਨਹੀਂ ਦੱਸਣਾ ਚਾਹੁੰਦੇ ਵੀ ਕੀ ਫਲਟ ਸੀ ਉਹਨਾਂ ਨੇ ਵੀਡੀਓ ਦਿਖਾਇਆ ਹੀ ਹੋਣਾ ਤੁਹਾਨੂੰ ਵੀ ਕੀ ਫਲਟ ਸੀ ਅਤੇ ਮੈਨੂੰ ਕਹਿੰਦਾ ਯਾਰ ਇੱਥੋਂ ਬਾਰਡਰ ਕਿੰਨੀ ਕੁ ਦੂਰ ਆ ਤੁਹਾਡੇ ਮੈਂ ਕਿਹਾ ਬਾਰਡਰ ਇੱਥੋਂ 5-7 ਕਿਲੋਮੀਟਰ ਆ ਅਤੇ ਦੇਖਣਾ ਤਾਂ ਕਮਾਲ ਇਹਨੇ ਕਹਿੰਦਾ ਟਾਈਮ ਹੈ ਮੈਂ ਕਿਹਾ ਟਾਈਮ ਨਾ ਵੀ ਹੋਇਆ ਤਾਂ ਵੀ ਕੱਢਣਾ ਪਊਗਾ ਟਾਈਮ ਤਾਂ ਹੁਣ ਤੂੰ ਕਹਿ ਦਿੱਤਾ ਸੀ ਬਾਰਡਰ ਦੇਖਣਾ ਮੈਂ ਅਤੇ ਕੱਲ੍ਹ ਉਹਦੇ ਨਾਲ ਗਿਆ ਜੀ ਉਹਨੂੰ ਸਾਰਾ ਪਾਕਿਸਤਾਨ ਆਪਣਾ ਬਾਰਡਰ ਏਰੀਆ ਦਿਖਾਇਆ ਜੇ ਸਤਲੁਜ ਦਰਿਆ ਜਾਂ ਕਿਵੇਂ ਵੀ ਕਿਹੜੀ ਕਿਹੜੀ ਚੀਜ਼ ਆ ਅਤੇ ਖੁਸ਼ ਹੋ ਕੇ ਗਿਆ ਕਹਿੰਦਾ ਯਾਰ ਬਹੁਤ ਵਧੀਆ ਏਰੀਆ ਹੈ ਅਤੇ ਉਹਨੂੰ ਕਿਸੇ ਦਿਨ ਆਪਾਂ ਨੇ ਆਪਣੇ ਇੱਥੇ ਬੰਬੂਘੱਟ ਮੂਵੀ ਦੀ ਸ਼ੂਟਿੰਗ ਹੋਈ ਸੀ ਇੱਥੇ ਇਸ ਤੋਂ 15 ਕਿਲੋਮੀਟਰ ਅੱਗੇ ਜੀ ਸੈਨੀ ਵਾਲਾ ਬਾਰਡਰ 'ਤੇ ਅਸੀਂ ਉਹਨਾਂ ਨੂੰ ਉਹ ਵੀ ਦਿਖਾ ਕੇ ਲਾਉਣਾ ਜੀ ਫਿਰ ਉਹਨਾਂ ਨੂੰ ਕਿਹਾ ਵੀ ਕਿਸ ਦਿਨ ਆਇਆ ਜੇ ਤੁਹਾਨੂੰ ਉਹ ਵੀ ਦਿਖਾ ਕੇ ਲਿਆਵਾਂਗੇ ਅਤੇ ਹੁਣ ਤੁਹਾਨੂੰ ਲੈ ਚੱਲਦੇ ਹਾਂ ਜੀ ਨਿੰਦਰ ਬਾਈ ਕੋਲ ਉਹ ਸਾਡੀ ਵੇਟ ਕਰਨ ਦਾ ਆ ਚੱਲ ਚੱਲਦੇ ਹਾਂ ਜੀ ਦਰਿਆ ਦੇ ਨਾਲ ਹੈਗਾ ਜੀ ਸਾਰਾ ਉਰੇ ਵੀ ਆ ਗਿਆ ਹਾਂ ਉਰੇ ਵੀ ਆ ਘੁਮਾ ਕੇ ਲਿਆਉਣੇ ਇਹਨੂੰ ਨਾਲੇ ਹੋਰ ਲੱਗ ਜੂਗਾ ਅੱਧਾ ਘੰਟਾ ਚੱਲੇਗਾ ਨਾਲ ਬਾਕੀ ਐ ਬਾਈ ਬਿੱਟੂ ਦਾ ਏਰੀਆ ਜਿਹੜਾ ਬੜਾ ਵਧੀਆ ਲੱਗਿਆ ਸ਼ਾਂਤ ਜਿਹਾ ਏਰੀਆ ਵੀ ਪਲਾਂਟ ਇੰਨੇ ਖੁੱਲੇ ਆ ਨਾ ਜਿਹੜੇ ਜਿੱਥੇ ਇਹ ਜਾਂਦਾ ਮੈਂ ਤੈਨੂੰ ਦੇਖ ਕੇ ਮੈਂ ਤੇ ਮੂੰਹ ਤਾਂ ਕਹਿੰਦਾ ਮੈਂ ਤੈਨੂੰ ਗਾਲਾਂ ਕੱਢੂੰਗਾ ਮੈਂ ਤਾਂ ਦੁਖੀ ਹੋ ਹੀ ਜਾਂਦਾ ਬਾਕੀ ਤੁਸੀਂ ਤਾਂ ਹੁੰਦੇ ਤੁਹਾਡਾ ਏਰੀਆ ਮੈਂ ਬਿੱਟੂ ਨੂੰ ਦੇਖ ਕੇ ਗਾਲਾਂ ਕੱਢੂੰਗਾ ਵੀ ਇੰਨਾ ਖੁੱਲਾ ਏਰੀਆ ਛੱਡ ਕੇ ਤੂੰ ਪਪੂਲਰਾਂ ਦੇ ਵਿੱਚ ਜਾਂਦਾ ਉੱਥੇ 4-4 ਵਾਰ ਗੱਡਰ ਉਤਾਰ ਕੇ ਮੰਨ ਲਾ ਉਹੀ ਜੀਰੀ ਦੇ 10-15 ਕਿੱਲੇ ਵੱਢਾਂਗੇ ਤੇ 15 ਵਾਰੀ ਕੱਟ ਉਤਾਰਨਾ ਹਾਂ ਉਹ ਵੀ ਹਿੰਮਤ ਨਾਲ ਪੂਰੇ ਐਂ ਨੀ ਹੈਗਾ ਵੀ ਹੁਣ ਢਿੱਲਾ ਚੱਲ ਕੇ ਚੱਲੂ ਬੰਦਾ ਖਿਚਾ ਕੇ ਪੂਰਾ ਹੁਣ ਤੁਹਾਨੂੰ ਲੈ ਚੱਲਦੇ ਜੀ ਬਾਰਡਰ ਏਰੀਆ ਦਿਖਾਉਂਦੇ ਆ ਨਿੰਦਰ ਬਾਈ ਚੱਲੀਏ ਹੁਣ ਹੈ ਨਿੰਦਰ ਬਾਈ ਹਾਂਜੀ ਬਾ ਤੂੰ ਬਾਰਡਰ ਦੇਖ ਕੇ ਕੀ ਕਰੇਗਾ ਪਤਾ ਆ ਵੀ ਦੇਖਿਆ ਨਹੀਂ ਕਦੇ ਅੱਛਾ ਦੇਖ ਕੇ ਮੜਾ ਜਾ ਬੰਦੇ ਨੂੰ ਸਕੂਨ ਤਾਂ ਮਿਲ ਜਾਏਗਾ ਰਹਿਣ ਜੋ ਕਹੋ ਜਾਂਦਾ ਬੰਦਾ ਵੀ ਅਸੀਂ ਦੇਖਿਆ ਬਾਰਡਰ ਨਿੰਦਰ ਬਾਈ ਨੂੰ ਦਿਖਾਤਾ ਜੀ ਬਾਰਡਰ ਆਪਾਂ ਨੇ ਆ ਦੇਖੋ ਸਾਹਮਣੇ ਬਾਰਡਰ ਦਿਖਾਤਾ ਭਾਈ ਬਿੱਟੂ ਨੇ ਆ ਦੇਖੋ ਜੀ ਖੁਸ਼ ਆ ਭਾਈ ਹੁਣ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਚੀਜ਼ਾਂ ਜਿਹੜੀਆਂ ਨਹੀਂ ਦੇਖੀਆਂ ਨਾ ਕਦੇ ਨਾਲੇ ਏਰੀਆ ਦੇਖ ਕਿੰਨਾ ਵਧੀਆ ਹਾਂ ਏਰੀਆ ਵੀ ਨਾਲੇ ਹੋਰ ਵੀ ਆ ਜਿਹੜਾ ਆਹ ਮਾਹੌਲ ਦੇਖ ਕੇ ਬਿੱਟੂ ਜਾਨੀ ਮਨ ਨੂੰ ਐ ਸ਼ਾਂਤੀ ਜੀ ਮਿਲਦੀ ਆ ਵੀ ਜਿਹੜੀ ਚੀਜ਼ ਨਹੀਂ ਜ਼ਿੰਦਗੀ ਦੇਖਣੀ ਦੀ ਉਹ ਵੀ ਦੇਖ ਲਈ ਇੱਧਰ ਨੋਚ ਮੜਾ ਜਾ ਹਾਂ ਹਾਂ ਇਹ ਤਾਂ ਬਹੁਤ ਵਧੀਆ ਲੱਗਿਆ ਤੇਰਾ ਏਰੀਆ ਵੀ ਕਹਿਣ ਦਾ ਤੈਨੂੰ ਸਾਡੇ ਬੰਦੇ ਆਈ ਜਾਂਦੇ ਤੈਨੂੰ ਮਿਲਾਉਣੇ ਬੰਦਿਆਂ ਨਾਲ ਬੰਦੇ ਦੇ ਬੰਦੇ ਆਪਣੇ ਜੇ ਆਇਆ ਆਪਣਾ ਬੰਦਾ ਨਹੀਂ ਤਾਂ ਖੇਤ ਵਾਲਾ ਹੀ ਆ ਬਾਕੀ ਆਪਣੇ ਇੰਡੀਆ ਜਿਹੜੇ ਆਪਣੇ ਇੰਡੀਆ ਦੀ ਖੇਤੀ ਆ ਇਹਦੇ ਬਾਰਡਰ ਦੇ ਪਾਰ ਵੀ ਕਰਦੇ ਆ ਬਿੱਟੂ ਹੈ ਹਾਂ ਹਾਂ ਬਹੁਤ ਕਰਦੇ ਆ ਤੇ ਤੁਸੀਂ ਬੜਾਈ ਵੀ ਕਰਕੇ ਜਾਂਦੇ ਹੋਣੇ ਉਰੇ ਬੜਾਈ ਬਹੁਤ ਕੀਤੀ ਅਸੀਂ ਇੱਥੇ ਫਿਰ ਪਰਮਿਸ਼ਨ ਕਢਾਉਂਦੇ ਹੋਣੇ ਬਹੁਤ ਲੈਣੀ ਟਾਈਮ ਹੋਣਾ ਉਹਦਾ ਵੀ ਕੋਈ ਹਾਂ ਹਾਂ ਲੈਣੀ ਪੈਂਦੀ ਉਹ ਆਪਣੇ ਨਾਲ VSF 4 ਜਾਣਗੇ ਕੰਬਾਈਨ ਤੇ ਦੋ ਉੱਪਰ ਹੀ ਰਹਿਣਗੇ ਆਪਣੇ ਨਾਲ ਹੀ ਅੱਛਾ ਹਾਂ ਤੇ ਦੋ ਥੱਲੇ ਰਹਿਣਗੇ ਗਰਦੇ 'ਚ ਬੈਠੇ ਰਹਿੰਦੇ ਦੋ ਬੰਦੇ ਹਾਂ ਜੇ ਆਪਣੀ ਮਸ਼ੀਨ ਕੋਈ ਫਾਲਟ ਪੈਂਦਾ ਨਾ ਤੇ ਉਹਨਾਂ ਨੇ ਜਿੰਨਾ ਹੀ ਖੋਲਣਾ ਉਹਨਾਂ ਆਪਾਂ ਨੂੰ ਖੋਲ ਨਹੀਂ ਸਕਦੇ ਅੱਛਾ ਹਾਂ ਵੀ ਜੇ ਮੁਲਾਜ਼ਮ ਕੋਲ ਖੜਨਗੇ ਤਾਂ ਆਪਾਂ ਮਸ਼ੀਨ ਦੀ ਠੋਕਾ ਪਿੱਟੀ ਕਰੂੰਗੇ ਇਹ ਤਾਂ ਹਾਂ ਉਹ ਠੀਕ ਆ ਨਹੀਂ ਜੇ ਨਾ ਇੰਨੀ ਸਖਤਾਈ ਹੋਵੇ
ਫਿਰ ਤਾਂ ਬੰਦੇ ਆਵੇਂ ਤੁਰੀ ਫਿਰੀ ਜਾਣ ਉਰੇ ਹਨਾ। ਤੇ ਬਾਈ ਇਹ ਤੈਨੂੰ ਏਰੀਆ ਦੇਖ ਵਧੀਆ ਲੱਗਿਆ ਨਾ ਦਿਲ ਨੂੰ? ਮੈਂ ਕਹਿੰਦਾ ਬਿੱਟੂ ਮੈਂ ਤੈਨੂੰ ਫੇਰੇ ਗਿਆ, ਮੈਂ ਤੈਨੂੰ ਗਾਲਾਂ ਕੱਢਦਾ ਅੰਦਰੋਂ। ਅੱਛਾ ਵੀ ਉਧਰ ਕਿਆ ਕਰਦੇ ਤੂੰ, ਇਹ ਇੰਨਾ ਵਧੀਆ ਏਰੀਆ ਛੱਡ ਦੇਖ, ਆਹੀ ਘੇਰੇ ਪਾ ਲਾ ਚੱਲ ਤੂੰ, ਨਾਲੇ ਤਾਰ ਦੇ ਅੰਦਰ ਆ ਠੀਕ ਆ। ਚਲੋ ਆਪਣੇ ਹੈ ਤਾਂ ਇੰਡੀਆ ਚ ਆਪਾਂ, ਇਹ ਆ ਘੇਰੇ ਤੋਂ ਲੈ ਕੇ ਕਿੱਡਾ ਘੇਰਾ, ਇਹ ਏਡਾ ਘੇਰਾ ਪੂਰੇ ਉਧਰ ਹੈ ਨੀ ਕਿਤੇ, ਇਹ ਤਾਂ ਬੂਟਾ ਹੀ ਬੂਟਾ। ਬਾਕੀ ਮੌਸਮ ਦਾ ਵੀ ਵਧੀਆ ਫਰਕ ਆ, ਬਾਕੀ ਜਿਵੇਂ ਰੂਹ ਖੁਸ਼ ਹੁੰਦੀ ਆ ਦੇਖ ਕੇ ਏਰੀਏ ਨੂੰ। ਚਲੋ ਪਾਕਿਸਤਾਨ ਦੀ ਤਾਰ ਜਿਹੜੀ ਤਾਂ ਗਾਹਾਂ ਹੈ ਉੱਥੇ, ਤਾਂ ਚਲੋ ਬਹੁਤ ਉਹਦੇ ਫਾਰਮੈਲਿਟੀਆਂ ਕਰਨੀਆਂ ਪੈਂਦੀਆਂ, ਜਾਣ ਕੇ ਪਹਿਲਾਂ ਇਹੀ ਤਾਰ ਸੀ ਪਾਕਿਸਤਾਨ ਦੀ। ਅੱਛਾ ਪਹਿਲਾਂ ਲਾਸਟ ਆਹੀ ਸੀ? ਹਾਂ 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 ਠੀਕ ਆ, ਇਹਨੂੰ ਗਾਹ ਹੁਣ ਅੱਗੇ ਚਲੀ ਗਈ ਹੁਣ ਠੀਕ ਆ, ਯਾਨੀ ਇੰਡੀਆ ਵੱਧ ਗਿਆ ਉਧਰ ਨੂੰ। ਹਾਂ ਇੰਡੀਆ ਬਹੁਤ ਵੱਧ ਗਿਆ ਉਧਰ। ਠੀਕ ਆ ਨਾ, ਵਧੀਆ ਲੱਗਿਆ, ਬਹੁਤ ਵਧੀਆ ਲੱਗਿਆ ਦੇਖ ਕੇ ਏਰੀਆ। ਬਾਕੀ ਤੁਹਾਡੇ ਬੰਦੇ ਆ ਜਿਹੜੇ ਤੁਸੀਂ ਵੀਡੀਓ ਦੇਖਦੇ ਹੋ ਨਾ ਮੇਰੀ, ਵੀ ਉੱਥੇ ਜਿਹੜੇ ਫਾਜ਼ਿਲਕਾ ਰਿਪੇਅਰ ਕਰਕੇ ਆਏ ਸੀ, ਮੈਂ ਕਹਿੰਦਾ ਵੀ ਡੇਲੀ 20-25 ਬੰਦੇ ਮਿਲਣ ਵਾਲੇ ਆਉਂਦੇ ਤੇ ਸਾਡੇ ਬੰਦੇ ਬਹੁਤ ਜ਼ਿਆਦਾ ਇੱਜ਼ਤ ਕਰਦੇ ਆ ਬੰਦੇ ਦੀ, ਮੈਂ ਕਿਤੇ ਕਿਸੇ ਏਰੀਆ 'ਚ ਨਹੀਂ ਦੇਖਿਆ ਵੀ ਜਿੰਨਾ ਫਾਜ਼ਿਲਕਾ ਦੇ ਵਿੱਚ ਮੇਰਾ। ਤੇਰਾ ਏਰੀਆ ਫਾਜ਼ਿਲਕਾ 'ਚ ਪੈ ਜਾਂਦਾ, ਨਹੀਂ ਤੁਹਾਡੇ ਏਰੀਆ ਜਿਵੇਂ ਤੁਸੀਂ ਕਹਿੰਦੇ ਆ ਨਾ ਵੀ ਸਾਡਾ ਏਰੀਆ ਦੇਸੀ ਜਿਹਾ, ਦੇਸੀ ਨਹੀਂ ਹੈਗਾ ਵੀਰੇ ਇਹ ਏਰੀਆ, ਟੌਪ ਦਾ ਪੁਰਾਣੇ ਬਜ਼ੁਰਗਾਂ ਦਾ ਸਮਾਂ ਤਾਂ ਨਾ ਵੀ ਇੱਕ ਦੂਜੇ ਨੂੰ ਪਿਆਰ ਕਰਦੇ ਤੇ, ਉਹ ਪਿਆਰ ਅੱਜ ਵੀ ਇੱਥੇ ਮਿਸਾਲ ਹੈਗੀ ਆ ਵੀ ਹੈਗਾ ਕੋਈ ਨਾ ਕੋਈ ਏਰੀਆ ਵਿੱਚ ਇਹੋ ਜਿਹਾ ਬੰਦੇ ਸਾਡੇ ਹੈਗੇ ਜਾਂ ਦਿਲ ਵਾਲੇ ਬੰਦੇ ਆ। ਹਾਂ ਦਿਲ ਵਾਲੇ ਬੰਦੇ ਆ, ਆਹ ਲੜਾਈ ਪੜਾਈ ਵਾਲੇ ਪਾਸੇ ਨੂੰ ਹੈ ਹੀ ਨਹੀਂ, ਸੁਣੇ ਹੀ ਨਹੀਂ ਮੈਂ ਤਾਂ। ਜੇ ਆਪਾਂ ਹੁਣ ਦਰਿਆ ਤੋਂ ਪਾਰ ਮਸ਼ੀਨ ਲਗਾਉਣੀ ਨਾ ਬੇੜੇ ਤੇ, ਬੰਦੇ ਸਾਡੇ ਨੇ ਇਹ ਨਹੀਂ ਕਹਿਣਾ ਵੀ ਇੱਕ ਦੂਜੇ ਨਾਲ ਲੱਗਦੇ ਨਹੀਂ ਵੀ ਤੂੰ ਯਾਰ ਵੀ ਮੈਂ ਨਹੀਂ ਜ਼ੋਰ ਲਾਉਣਾ ਚਾਹੁੰਦੇ ਨੇ ਧੋਖਾਬਾਜ਼ੀ ਕਰਨੀ, ਪਾਰ ਲੱਗ 20-20 ਬੰਦੇ 50-50 ਜੁੜ ਕੇ ਨਾਲ ਪਾਰ ਮਸ਼ੀਨ ਕਰਾਉਣੀ, ਵਿੱਚ ਨੂੰ ਕੱਢਣਾ ਹੀ ਆ। ਹਾਂ ਹਾਂ ਅਸੀਂ ਵਿੱਚ ਦੀ ਵੀ ਕੱਢਦੇ ਰਹੇ ਦਰਿਆ ਦੇ ਮਸ਼ੀਨਾਂ ਪਾਣੀ ਜੋ ਹੀ। ਹਾਂ ਉਧਰ ਆਪਾਂ ਪੜਾਈ ਕਰਨੀਆਂ ਨੇ, ਉਹ ਨਾਲ ਮੁਲਾਜ਼ਮ ਹੁੰਦੇ ਆ ਫਿਰ ਤਾਂ ਕੋਈ ਦਿੱਕਤ ਨਹੀਂ, ਇਹ ਤਾਂ। ਹਾਂ ਚਲੋ ਐਂ ਆਪਾਂ ਵੀ ਜਿਹੜੀ ਰੂਲ ਜਿਹੜੇ ਆਰਮੀ ਦੇ ਰੂਲ ਆ ਫੋਲੋ ਕਰਨੇ ਚਾਹੀਦੇ ਆ, ਕਿਉਂਕਿ ਉਹਨਾਂ ਦੇ ਵੀ ਡਿਊਟੀ ਆ ਨਾ, ਇਹ ਤਾਂ ਵਰਗੇ ਵਿਚਾਰੇ ਮੁਲਾਜ਼ਮ ਆ ਜਿਹੜੇ ਮੌਕੇ ਦੇ ਮੁਲਾਜ਼ਮ ਆ ਜਿਹੜੇ ਉਹਨਾਂ ਦਾ ਜਿਹੜਾ ਰੂਲਸ ਆ ਉਹਨਾਂ ਦੇ ਫੋਲੋ ਕਰਨੇ ਚਾਹੀਦੇ ਆਪਾਂ ਨੂੰ। ਠੀਕ ਠੀਕ ਹਾਂ, ਕਿ ਹੁਣ ਆਪਾਂ ਦੇਖਿਆ ਇੱਥੇ ਤੱਕ ਆਪਾਂ ਨੂੰ ਮੌਲਤ ਨਹੀਂ ਦੇਖਣ ਦੀ, ਤੇ ਕਹਾਂ ਜਾਊਂਗੇ ਤਾਂ ਆਪਣੀ ਗਲਤੀ ਆ। ਠੀਕ ਆਪਾਂ ਇੱਥੇ ਦੇਖਦੇ ਵੀ ਚੀਜ਼ ਹੈ ਇੱਥੇ ਬਹੁਤ ਵਧੀਆ ਮਾਰ ਖੁਸ਼ ਹੋ ਗਿਆ ਇੱਕ ਆ ਕਾਲੇ ਦੂਜਾ ਆ ਕਾਹਦੇ ਵਾਸਤੇ ਨਾ ਡਰਮ ਆ ਇਹ ਬਾਈ ਜੀ ਕੈਸੂ ਪੋਲ ਆ ਤਾਂ ਦਿਖਾਣੇ ਅੱਗੇ ਲੱਗੀ ਵੀ ਪੋਲ ਬਣੀ ਵੀ ਆ। ਹਾਂਜੀ ਹਾਂਜੀ ਤਿਆਰ ਹੈ, ਆਪਾਂ ਤੇ ਸ਼ਾਟ ਲੈ ਸਕਦੇ ਪੁੱਲ ਦਾ। ਅੱਛਾ ਚਲੋ ਠੀਕ ਆ, ਆਈ ਪਿੱਛੇ ਸਾਡੇ ਆ ਰਹੀ ਗੱਡੀ ਉਹਨਾਂ ਦੀ ਨਿੰਦਰ ਬਾਈ ਦੀ, ਨਿੰਦਰ ਰੱਤੋਗਿਆਲੇ ਦੀ, ਤੇ ਇਹਨਾਂ ਹੁਣ ਦਿਖਾਉਣ ਚੱਲੇ ਅੱਗੇ ਜਿਹੜੀ ਪੁੱਲ ਬਣੀ ਜਿਹਦੇ 'ਤੇ ਕੰਬਾਈਨ ਲੈ ਕੇ ਜਾਂਦੇ ਸੀ, ਉਹ ਦਿਖਾਉਂਦੇ ਜਾ ਕੇ ਰਸਤਾ ਬਹੁਤ ਖਤਰਨਾਕ ਹੈ ਅੱਗੇ। ਆ ਜੀ ਆਪਣੇ ਬਾਰਡਰ 'ਤੇ ਪੁੱਲ ਪਾਇਆ ਟੂਪਾਂ ਵਾਲਾ, ਆਹ ਦਰਿਆ ਜੀ ਸਤਲੁਜ ਦਰਿਆ ਜੀ ਨੂੰ ਕਹਿੰਦੇ ਆ, ਇੱਥੋਂ ਕੰਬਾਈਨਾਂ ਅਸੀਂ ਲੰਘਾਉਂਦੇ ਸੀ, ਉਹ ਸਾਹਮਣੇ ਆ ਗਏ ਪੁੱਲ ਆ, ਤੁਹਾਨੂੰ ਕੋਲ ਜਾ ਕੇ ਦਿਖਾਉਂਦੇ ਹਾਂ। ਹਾਂ ਦੇਖੋ ਇੱਥੋਂ ਅੱਗੇ ਕਿੰਨੀ ਦੂਰ ਹੈ ਦੂਜਾ ਜਿਹੜਾ ਆਪਣੀ ਜ਼ਮੀਨਾਂ ਨੇ ਜਿਹੜੀਆਂ। ਹਾਂ 2-3 ਕਿਲੇ ਵਾਟ ਕਹਿੰਦਾ ਬਾਈ ਹੈਗਾ ਇੱਥੋਂ, ਕਿਲੋਮੀਟਰ ਕਿੱਥੋਂ ਬਣ ਜਾਏਗਾ, ਆਹ ਤਾਂ ਆ ਗਿਆ ਇੱਥੇ ਤੁਰ ਕੇ ਆਪਾਂ ਜਾਂਦੇ ਰਹਿ। ਆਹ ਦੇਖੋ ਜੀ ਆਹ ਪੁੱਲ ਆ ਟੂਪਾਂ ਦੀ ਜਿਹੜੀ ਬਣੀ ਜਿੰਦੇ ਦੇ, ਹੁਣ ਜ਼ਮੀਨਦਾਰ ਕਿਸਾਨ ਲੰਘਦੇ ਆ ਉੱਪਰੋਂ। ਆਹ ਸਾਹਮਣੇ ਖੜਾ ਜੀ ਆਹ ਪੁੱਲ ਆ, ਇਹਦੇ ਤੋਂ ਕੰਬਾਈਨ ਜਾਂਦੀ ਸੀ ਕਈ ਵਾਰ ਦਰਿਆ ਤੋਂ ਪਾਈ ਹੋਈ ਆ ਪੁੱਲ। ਹਾਂਜੀ ਇੱਕ ਵੀਰ ਜੀ ਨੇ ਸਾਨੂੰ ਕਮੈਂਟ ਕੀਤਾ ਜੀ, ਤੁਸੀਂ ਜਿਹੜੇ ਬਲੇਟ ਲਏ ਜੀ ਸ਼ਾਰਪ ਦੇ, ਉਹ ਤੁਸੀਂ ਰੀਪਰ ਵਾਲਾ ਲੈ ਕੇ ਆਏ ਹੋ। ਮੈਂ ਉਸ ਦਿਨ ਹੀ ਮੈਂ ਵੀ ਦੇਖਿਆ, ਮੈਂ ਵੀ ਗੌਰ ਨਾਲ ਨਹੀਂ ਦੇਖੇ ਵੀ ਜਾਣੀ ਕਿ ਉੱਦਾਂ ਝਲਕ ਜੀ ਦੇਖੀ ਆ, ਅਤੇ ਹੁਣ ਦੇਖਦੇ ਹਾਂ ਸ਼ਾਇਦ ਕਿਤੇ ਸਾਡੇ ਕੋਲ ਗਲਤੀ ਤਾਂ ਨਹੀਂ ਹੋਈ, ਕਿਤੇ ਬਾਕੀਆਂ ਹੀ ਆ ਗਏ ਉਹ ਤੂੜੀਆ ਰੀਪਰ ਵਾਲੇ, ਤੁਹਾਨੂੰ ਦਿਖਾਉਂਦੇ ਹਾਂ ਜੀ ਵੀ ਤੁਹਾਨੂੰ ਸਾਰਿਆਂ ਨੂੰ ਹੁਣ ਚੰਗੀ ਤਰ੍ਹਾਂ ਦਿਖਾਵਾਂਗੇ ਜੀ। ਸ਼ਾਇਦ ਹੋ ਸਕਦਾ ਮੇਰੇ ਕੋਲ ਵੀ ਗਲਤ ਆਏ ਹੋਣ ਕਦੇ, ਅਤੇ ਆਪਾਂ ਦੇਖਦੇ ਹਾਂ ਤਾਂ ਦਿਖਾਉਂਦੇ ਹਾਂ ਤੁਹਾਨੂੰ ਵੀ ਵਾਕਈ ਉਹੀ ਸਹੀ ਉਹੀ ਬਲੇਟ ਆਇਆ ਸਟਿੱਕ ਵਾਲੇ ਕਿ ਰੀਪਰ ਵਾਲਿਆ ਜੀ। ਇਹਦੇ ਰੱਖਿਆ ਜੀ ਆਪਾਂ ਸਮਾਨ ਟਰੈਕ 'ਚ, ਕਿਤੇ ਫਿਰ ਨਾ ਲੁਧਿਆਣੇ ਦੁਬਾਰਾ ਜਾਣਾ ਪਵੇ। ਆਹ ਡੱਬੀ ਪੱਟੀ ਹੈ ਮੇਰੇ ਖਿਆਲ 'ਚ, ਇਹ ਹੁਣ ਬਾਈ ਇਹ ਲਾਟਰੀ ਪੱਟ ਹੋਣੀ ਆ, ਗੌਰ ਨਾਲ ਮੈਂ ਵੀ ਨਹੀਂ ਦੇਖਿਆ ਵਾਕਈ, ਮੈਨੂੰ ਤਾਂ ਆਪ ਸ਼ੱਕ ਪੈਂਦਾ ਵੀ ਰੀਪਰ ਵਾਲੇ ਹੀ ਆ। ਹੁਣ ਆਪਾਂ ਦੇਖਦੇ ਹਾਂ ਵੀ ਉਹ ਗਲਤ ਹੋ ਗਿਆ ਜਾਂ ਅਸੀਂ ਨਹੀਂ। ਬਾਈ ਜੀ ਬਲੇਟ ਸਹੀ ਬਿਲਕੁਲ ਸਹੀ ਆ, ਇਹ ਦੇਖੋ ਤੁਸੀਂ ਬਲੇਟ ਸਟਿੱਕ ਵਾਲੀ ਆ ਜੀ, ਆਹ ਦੇਖੋ ਦੇਖੇ ਮੈਂ ਵੀ ਨਹੀਂ ਗੌਰ ਨਾਲ, ਮੈਨੂੰ ਵੀ ਲੱਗਦਾ ਸੀ ਗਲਤ ਫਹਿਮੀ ਹੋ ਗਈ ਆ, ਬਾਕੀ ਨਹੀਂ ਸਹੀ ਆ ਯਾਰ ਬਲੇਟ ਆਪਣੇ ਜੀ। ਅਤੇ ਰਾਤ ਸਾਡੇ ਹੈਗਾ ਸੀ ਜਾਗੋ ਦਾ ਪ੍ਰੋਗਰਾਮ, ਅਸੀਂ ਫਿਰ ਉੱਥੇ ਹੀ ਰਾਤ ਟਰੈਕਟਰ ਲੈ ਕੇ ਗਏ ਸੀ,
12 1 ਵਜੇ ਤੱਕ ਉੱਥੇ ਘੁੰਮਦੇ ਰਹੇ ਤੇ ਟ੍ਰੈਕਟਰ ਦੇ ਮੁੰਡੇ ਸਾਡੇ ਤਾਂ ਬਹੁਤ ਨੱਚਣ ਦੇ ਬਾਈ ਸ਼ੌਕੀਨ ਆ ਤੇ ਹੁਣ ਫਿਰ ਉੱਥੇ ਅਸੀਂ ਜਾ ਰਹੇ ਹਾਂ ਜੀ ਉਹਨਾਂ ਦਾ ਕੋਈ ਪ੍ਰੋਗਰਾਮ ਹੈਗਾ ਘਰ 'ਚ ਰੀਤਾਂ ਦਾ ਜੀ ਅਤੇ ਤੁਹਾਨੂੰ ਦਿਖਾਵਾਂਗੇ ਜੀ ਉੱਥੇ ਕਿੱਦਾਂ ਪ੍ਰੋਗਰਾਮ ਹੈ ਜੀ ਸਾਡੇ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਅਤੇ ਕਮੈਂਟ ਵੀ ਕੀਤਾ ਕਰੋ ਜੀ ਸਬਸਕ੍ਰਾਈਬ ਵੀ ਕਰ ਲਿਆ ਕਰੋ ਅਤੇ ਹੁਣ ਤੁਹਾਨੂੰ ਕੋਈ ਅਗਲੀ ਵੀਡੀਓ 'ਚ ਮਿਲਾਂਗੇ ਜੀ ਇਸ ਕਰਕੇ ਅਸੀਂ ਕੰਬਾਈਨ ਦੀ ਵੀਡੀਓ ਨਹੀਂ ਪਾਈ ਜੀ ਅੱਜ ਨਹੀਂ ਪਾਈ ਜੀ ਅੱਜ ਅਸੀਂ ਮਸ਼ੀਨ ਨੂੰ ਲੱਗੇ ਨਹੀਂ ਹੈ ਬਿਲਕੁਲ ਕੱਲ੍ਹ ਨੂੰ ਲੱਗਾਂਗੇ ਕੱਲ੍ਹ ਨੂੰ ਤੁਹਾਨੂੰ ਵਿਖਾਵਾਂਗੇ ਜਿਹੜਾ ਕੋਈ ਕੰਮ ਕੁੰਮ ਕਰਨੇ ਵਾਲਾ ਅਤੇ ਤਦ ਤੱਕ ਲਈ ਧੰਨਵਾਦ ਜੀ।